ਬਾਬੇ ਸਿਰਫ ਬੰਦੇ ਨੂੰ ਇਹਦੇ ਨਾਲ ਦੇ ਰਿਹਾ ਉਹ ਜੀਤੀਆ ਬਾਬੇ ਕਮੇ ਕਿਸਾਲਦਾ ਸੀ ਨਾ ਔੜੋ ਜਲਾ ਲੇ ਰਿਹਾ ਸੀ ਹੁਣ ਤੇ ਅੰਦਰ ਨਾਲ ਬਲ ਹੁੰਦੀ ਆ ਅਸਲ ਸੁਪਰ ਹੀਰੋ ਬਾਪ ਕੁਛ ਵੀ ਮੰਨ ਲੋ ਪ੍ਰਮਾਤਮਾ ਉਹ ਪਿਰਨਸ ਹੁੰਦੇ ਆ ਇਹ ਇਸ ਦਾ ਤਾਂ ਬੱਚੇ ਨੂੰ ਮੈਨੂੰ ਆਫਰ ਵੀ ਮਿਲੀ ਸੀ ਵੀ ਬਾਲੀਵੁੱਡ ਵਾਲਿਆਂ ਨੇ ਅਸੀਂ ਲੈ ਜਾਂਦੇ ਆ ਇਸ ਬੱਚੇ ਨੂੰ ਫਿਲਮ ਇੰਡਸਟਰੀ ਪਾਉਣਾ ਅਸੀਂ ਜਿੱਥੇ 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 ਆ ਕੇ ਨਵੀਂ ਰਹਿਸ਼ ਕੀਤੀ ਨਾ ਉੱਥੇ ਤਾਂ ਪਾਣੀ ਨਹੀਂ ਸ਼ਾਇਦ ਬੈਠੇ ਬੈਠੇ ਆ ਸਾਨੂੰ ਹੈਵਟੇਜ ਵੀ ਹੋ ਗਿਆ ਕਾਲਾ ਪੀਲਾ ਕੀ ਮੈਂ ਜੋ ਚੀ ਇੱਕ ਦੱਸਦਾ ਇਹਨੂੰ ਇਹ ਫੋਲੋ ਕਰੀ ਜਾਂਦਾ ਮੇਰੇ ਲਈ ਇੰਨੀ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਜੀ ਉਹ ਰੁਕੋ ਰੁਕੋ ਜਨਾਬ ਕਟਤਾ ਲਾਈ ਜਾਂਦੇ ਹੋ ਦੇਖ ਤਾਂ ਲੋ ਗੁਣੀਆਂ ਚ ਵੀ ਹੈ ਬਾਬੇ ਆ ਦੇ ਦੁਨੀਆ ਚ ਵਾਪੂੜਾ ਅੱਛਾ ਫੇਰ ਬਾਬੇ ਸਿਰਫ ਬੰਦੇ ਨੂੰ ਮੇਰੇ ਨਾਲ ਤੇਰਾ ਉਹ ਟੀਟੀਆ ਜਨਾਬ 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 ਪਹੁੰਚ ਗਏ ਆ ਫਿਰ ਸੋਸ਼ਲ ਮੀਡੀਆ ਤੇ ਬੜੀਆਂ ਖਬਰਾਂ ਦੇਖ ਲਈਆਂ ਸੀ ਇਹ Google ਮੁੰਡਾ ਕਾਰਪੈਂਟਰ ਜਿਹੜਾ ਵਾ ਛਾਇਆ ਹੋਇਆ ਏ ਪਰ ਇਹ ਕੀ ਜਨਾਬ ਇਹ ਛੌਣ ਦੇ ਨਾਲ-ਨਾਲ ਕਾਰਪੈਂਟਰੀ ਕਰਨ ਦੇ ਨਾਲ-ਨਾਲ ਇਹ ਤਾਂ ਫਿਲਮੀ ਡਾਇਲੋਗ ਬੋਲੀ ਜਾਂਦਾ ਤਾਂ ਆਓ Google Boy ਜਿਹੜਾ ਕਿ ਕਾਰਪੈਂਟਰੀ ਦੇ ਵਿੱਚ ਇੰਨਾ ਮਸ਼ਹੂਰ ਹੁੰਦਾ ਪਿਆ ਏ ਕਿਉਂ ਇਹ ਇੱਕ ਹੋਰ ਮੁਕਾਮ ਦੇ ਵੱਲ ਵਧਦਾ ਪਿਆ ਏ ਆਓ ਇੱਕ ਖੂਬਸੂਰਤ ਖਾਸ ਪੇਸ਼ਕਸ਼ ਲੈ ਕੇ ਬੋਲੀਹੋਲੀ ਬਾਬਾ ਤੇ ਪਹੁੰਚ ਗਏ ਆਂ ਸੋ ਤੁਸੀਂ ਹੁਣ ਸਾਰਾ ਕੁਝ ਸੁਣਤਾ ਲਿਆ ਹੋਣਾ ਏ ਤੇ ਤੁਸੀਂ ਸਮਝ ਗਏ ਹੋਵੋਗੇ ਅਸੀਂ ਪਹੁੰਚੇ ਕਿੱਥੇ ਹੋਏ ਆ ਗੂਗਲ ਕਾਰਪੈਂਟਰ ਬੋਏ ਵਾਇਰਲ ਹੋਇਆ ਹੋਇਆ ਏ ਤੇ ਅੱਜ ਇਸ ਵਾਇਰਲ ਦੇ ਵਿੱਚ ਇਹ ਡਾਇਲੋਗ ਨਵੇਂ ਆ ਗਏ ਤਾਂ ਉਹ ਖਾਸ ਦਿਲਚਸਪ ਗੱਲਬਾਤ ਕਰਦੇ ਆ ਸੋ ਹੁਣ ਗੱਲਬਾਤ ਕਰਦੇ ਆ ਛੋਟੇ ਉਸਤਾਦ ਦੇ ਨਾਲ ਜਨਾਬ ਤੁਹਾਡਾ ਨਾਮ ਕੀ ਆ ਯੂਵੀ 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 ਮੈਂ ਤੈਨੂੰ ਪੁੱਤ ਕੱਟ ਲਾਉਣ ਦੇ ਵੀ ਦੇਖ ਲਿਆ ਤੇ ਇਹਨੂੰ ਮੈਂ ਦੇਖਿਆ ਤੂੰ ਡ੍ਰਿਲ ਵੀ ਚਲਾਈ ਜਾਂਦਾ ਮੈਂ ਪੱਕੀ ਗੱਲ ਬਾਬੇ ਤੂੰ ਐ ਕਿਸਾ ਲਦਾ ਸੀ ਨਾ ਔੜੋ ਚ ਲਾ ਲਿਆ ਸੀ ਹੁਣ ਤੇ ਅੰਦਰ ਨਾਲ ਬਾਲ ਹੁੰਦੀ ਆ ਸੱਚੀ ਹਮ ਐਂਡ ਗੱਲਬਾਤ ਕੀ ਹੁੰਦੀ ਆ ਔੜਾ ਮੱਟ ਹੁਣ ਬੱਦਦੀ ਵੀ ਨਹੀਂ ਚੱਲਦੀ ਆ ਕੀ ਬਾਤ ਹੈ ਕੀ ਬਾਤ ਹੈ ਜਨਾਬ ਹੁਣ ਤੁਸੀਂ ਸਮਝ ਗਏ ਹੋਮੋਗੇ ਕਿ ਅਸੀਂ ਉਸਤਾਦ ਕਿਉਂ ਕੰਨੇ ਪਏ ਆ ਪਰ ਇਹਨਾਂ ਦੇ ਵੀ ਕਿਉਂ ਉਸਤਾਦ ਜੀ ਆ ਉਹਨਾਂ ਤੋਂ ਹੁਣ ਕੱਲੀ-ਕੱਲੀ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਇਹ ਸਾਰੀ ਉਸਤਾਦਗੀਰੀ ਕਿਵੇਂ ਆਈ ਤੇ ਕਿਵੇਂ ਇਹ ਜਨਾਬ ਹੋਣੀ ਹੁਣ ਪੂਰੀ ਸੋਸ਼ਲ ਮੀਡੀਆ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਏ ਪਏ ਨੇ ਤਾਂ ਹੁਣ ਅਸੀਂ ਛੋਟੇ ਉਸਤਾਦ ਜੀ ਨਾਲ ਗੱਲ ਕਰ ਲਈ ਆ ਆਓ ਹੁਣ ਵੱਡੇ ਉਸਤਾਦ ਜੀ ਨਾਲ ਗੱਲ ਕਰਦੇ ਹਾਂ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਾਈ ਜੀ ਕੀ ਨਾਮ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਚੈਨਲ ਹੌਲੀ-ਹੌਲੀ ਬਾਬਾ ਜੀ ਦਾ ਸਾਡੇ ਗਰੀਬ ਖਾਨਦਿਆਂ ਦਾ ਧੰਨਵਾਦ ਜੀ ਆਇਆਂ ਨੂੰ ਤੇ ਮੈਂ ਨਾਮ ਜੀ ਚਰਨਜੀਤ ਸਿੰਘ ਚੰਨੀ ਲੋਕ ਮੈਨੂੰ ਚੰਨੀ ਚਾਹੰਦੇ ਨਾਲ ਨਾਲ ਜਾਣਦੇ ਨੇ ਤੇ ਪੀ ਐਚ ਡੀ ਕਾਰਪੈਂਟਰ ਨਾਲ ਨਾਲ ਜਾਣਦੇ ਨੇ ਪੀ ਐਚ ਡੀ ਕਾਰਪੈਂਟਰ ਦੀ ਗੱਲ ਕੀਤੀ ਹੈ ਤੁਸੀਂ ਪਰ ਪੀ ਐਚ ਡੀ ਵਾਲਾ ਬੰਦਾ ਗਰੀਬ ਨਹੀਂ ਹੁੰਦਾ ਨਾ ਤਾਂ ਕੋਈ ਗਰੀਬ ਐਸੇ ਹੀ ਹੁੰਦਾ ਵਾ ਹਾਂ ਇਹ ਸਾਡਾ ਹਮੇਸ਼ਾ ਚੈਨਲ ਦੇ ਵੱਲੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਅਜਿਹੇ ਉਸਤਾਦ ਲੋਕਾਂ ਦੇ ਨਾਲ ਮਿਲਿਆ ਜਾਵੇ ਜਿਹੜੇ ਕਿ ਲੋਕਾਂ ਦੀ ਵੀ ਸੇਵਾ ਕਰਦੇ ਆ ਤੇ ਸਮਾਜ ਨੂੰ ਇੱਕ ਚੰਗੀ ਸੇਧ ਦਿੰਦੇ ਆ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਆਪਾਂ ਯੂ ਵੀ ਦੇ ਬਾਰੇ ਗੱਲ ਕਰਦੇ ਆ ਯੂ ਵੀ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਠੀਕ ਆ ਹਮੇਸ਼ਾ ਜਦੋਂ ਮਾਪੇ ਬੱਚਾ ਜੰਮ ਲੈਂਦੇ ਆ ਤਾਂ ਉਸ ਤੋਂ ਬਾਅਦ 12ਵੀਂ ਤੋਂ ਤੱਕ ਦਾ ਜੋ ਸਫਰ ਹੁੰਦਾ ਆ ਉਸ ਤੋਂ ਬਾਅਦ ਬੱਚੇ ਨੂੰ ਇਹ ਕਹਿ ਦਿੰਦੇ ਆ ਬੱਚਾ ਹੁਣ ਤੂੰ ਆਪਣਾ ਦੇਖ ਕੀ ਕਰਨਾ ਪਰ ਤੁਸੀਂ ਬਚਪਨ ਤੋਂ ਹੀ ਇੱਕ ਲਾਈਨ ਦੇ ਵਿੱਚ ਲਗਾ ਦਿੱਤਾ ਦਿਮਾਗ ਦੇ ਕਿਵੇਂ ਆਇਆ ਅਸਲ ਜਿੰਨਾ ਜੀ ਮੈਂ ਆਪਣੇ ਅੱਖੀ ਦੇ ਚੁੱਕੇ ਆ ਸਾਡੇ ਕਾਰਪੈਂਟਰੀ ਦਾ ਕੰਮ ਹੁੰਦਾ ਸੀ ਨਾ ਇੱਕ ਪਰਿਵਾਰਾਂ ਚ ਵਿਚਨ ਵਾਲਾ ਕੰਮ ਸੀਗਾ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਿੱਥੇ ਵੜ ਜਾਂਦੇ ਸੀਗੇ ਜਿਸ ਤਰ੍ਹਾਂ ਸਾਨੂੰ ਮੇੜਾ ਵੀ ਮਾਣ ਜਾਂਦਾ ਵੀ ਮਹੀਨਾ ਮਹੀਨਾ ਚਾ ਚਾਰ ਮਹੀਨੇ ਨਿਕਲਦੇ ਅਸੀਂ ਉਥੋਂ ਰਗ ਰਗ ਤੋਂ ਬਾਕੂਪ ਹੋ ਜਾਂਦੇ ਸੀਗੇ ਅਸੀਂ ਨਾ ਬਹੁਤ ਲੋਕਾਂ ਦੇ ਘਰਾਂ ਦੇ ਮਾਹੌਲ ਦੇਖੇ ਹੋਏ ਆ ਠੀਕ ਹੈ ਨਾ ਤੇ ਕਿਉਂਕਿ ਜਿਸ ਟਾਈਮ ਉਹ ਉਹਨਾਂ ਨੂੰ ਬੱਚੇ ਨੂੰ ਇੱਕ ਲੱਖ ਤੱਕ ਕੰਮ 'ਚ ਧੱਕ ਦਿੰਦੇ ਨੇ ਕੁਝ ਸਿੱਖਣ ਤੇ ਟਾਈਮ ਨਿਕਲ ਜਾਂਦਾ ਕੁਝ ਸੈੱਟ ਹੋਣ ਤੇ ਨਿਕਲ ਜਾਂਦਾ ਜਾਂ ਉਹਦੀ ਕਿਤੇ ਕੰਮ ਤੇ ਨਹੀਂ ਸਾਡੇ ਵਿੱਚ ਇਸ ਲਈ ਨਾ ਬੈਟਰ ਹਨਾ ਵੀ ਉਸ ਤੋਂ ਪਹਿ ਈ ਬੇਟੇ ਦਾ ਕੋਈ 베ਸ ਬਣਾਇਆ ਜਾਵੇ ਸੈਕੰਡਲੀ ਮੈਂ ਇੱਕ ਹੋਰ ਮਾਂ ਪਿਓ ਨੂੰ ਮੈਸੇਜ ਦੇਣਾ ਚਾਹਨਾ ਵਾ ਕਿ ਹਨਾ ਬੱਚੇ ਲਈ ਅਸਲ ਭਗਵਾਨ ਅਸਲ ਸੁਪਰ ਹੀਰੋ ਬਾਪ ਕੁਛ ਵੀ ਮੰਨ ਲਓ ਪਰਮਾਤਮਾ ਉਹ ਪਿਰਣ ਹੁੰਦੇ ਆ ਕਿਉਂਕਿ ਜੋ ਉਹਨਾਂ ਨੂੰ ਮੰਦਿਰ ਮਸਜਿਦਾਂ ਸਾਨੂੰ ਗੁਰੂ ਘਰਾਂ 'ਚ ਵੀ ਆ ਕੇ ਨਹੀਂ ਮਿਲਣੀ ਜੋ ਚੀਜ਼ ਤੁਸੀਂ ਦੇ ਸਕਦੇ ਹੋ ਕਿਉਂਕਿ ਦੇਖ ਸੀ ਦੇਖਿਆ ਹੁਣ ਜਿੰਨੇ ਵੀ ਸਾਡੇ ਗੁਰੂ ਪੀਰ ਹੋਏ ਨੇ ਉਹਨਾਂ ਨੇ ਗ੍ਰਸਤੀ ਜੀਵਨ ਜੀਆ ਠੀਕ ਹੈ ਜੀ ਤੇ ਅਸਲ ਤਾਂ ਜੈਸੀ ਰੱਬ ਨੂੰ ਪਉਣਾ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਜਿਹੜੇ ਸਾਡੇ ਨਾਮ ਲਈ ਜ਼ਿੰਦਗੀ ਜੀ ਰਹੇ ਨੇ ਨਾ ਆ ਸਾਡਾ ਫਰਜ ਹੈ ਅਸਲ ਸਾਨੂੰ ਉਹਨਾਂ ਲਈ ਜੀਣਾ ਚਾਹੀਦਾ ਵਾ ਤੇ ਕੁਝ ਇਹਨਾਂ ਲਈ ਹੈ ਨਾ ਸਾਨੂੰ ਸਮਝਦਾਰੀ ਦੇ ਨਾਲ ਇਹਨਾਂ ਬੱਚਿਆਂ ਲਈ ਕਦਮ ਪੁੱਟਣਾ ਚਾਹੀਦਾ ਵਾ ਤੁਸੀਂ ਬੜੀ ਹੀ ਬੜੀ ਚੰਗੀ ਗੱਲ ਕੀਤੀ ਹੈ ਕਿ ਮਸਜਿਦ ਮਸਿੱਦ ਮਾਪੇ ਹੁੰਦੇ ਆ ਇਹ ਸਭ ਦੇ ਵਿੱਚ ਜੇਕਰ ਅਸੀਂ ਕਹਿੰਦੇ ਕਿ ਬਾਲ ਅਵਸਥਾ ਹੈਗੀ ਆ ਕਈ ਵਾਰ ਕੰਮ ਕਰਦਾ ਹੁੰਦਾ ਵਾ ਸ਼ਿਹਾਰ ਤਾਂ ਸਾਰਾ ਦਿਨ ਹੀ ਕਰਦਾ ਰਹਿੰਦਾ ਨਹੀਂ ਸ਼ਰਾਰਤ ਵੀ ਕਰਦਾ ਅਸਲ ਚ ਐਸੀ ਗੱਲ ਨਹੀਂ ਹੈਗੀ ਮੈਂ ਅਗਰੇਵ ਨੂੰ ਬਚਪਨ ਦੀ ਫਿਕਰ ਆ ਐਸੇ ਕਰਕੇ ਮੈਂ ਭੇਜਿਆ ਨਹੀਂਗਾ ਅ ਜਿਸ ਦਾ ਚਲੋ ਥੋੜੇ ਬਹੁਤ ਮੇਰੇ ਵੀ ਲਿੰਕ ਹੈਗੇ ਨੇ ਹੈਨਾ ਤੇ ਇਸ ਦਾ ਤਾਂ ਬੱਚੇ ਨੂੰ ਮੈਨੂੰ ਆਫਰ ਵੀ ਮਿਲੀ ਸੀ ਵੀ ਬਾਲੀਵੁੱਡ ਵਾਲੇ ਕਹਿੰਦੇ ਅਸੀਂ ਲੈ ਜਾਂਦੇ ਆ ਇਸ ਬੱਚੇ ਨੂੰ ਫਿਲਮੀ ਇੰਡਸਟਰੀ ਪਾਉਣਾ ਪਰ ਉਹ ਜਿਸ ਤਰ੍ਹਾਂ ਇੱਕ ਤਰ੍ਹਾਂ ਦਾ ਨਾ ਬੱਚੇ ਨੂੰ ਇੰਨਾ ਖੰਸੀਰ ਬਣਾ ਜਾਂਦੇ ਨੇ ਉਹ ਬੱਚਾ ਕਿਸੇ ਕਿਤੇ ਬਚਪਨਾ ਦਿਖਾਈ ਨਹੀਂ ਸਕਦਾ ਹੈਗਾ ਉਹ ਇੱਕ 30 ਸਾਲ ਦੇ ਇਨਸਾਨ ਜਿੰਨਾ ਸਮਝਦਾਰ ਹੋ ਜਾਂਦਾ ਵਾ ਬਟ ਇਹ ਵੀ ਉਹਨਾਂ ਨੂੰ ਮੈਨੂੰ ਲੱਗਿਆ ਵੀ ਬਚਪਨੇ ਨਾਲ ੱੱਕਾ ਵਾ ਹਨਾ ਕਿਉਂਕਿ ਇਹ ਪਲ ਵੀ ਇਹਨਾਂ ਦੇ ਜੀਨ ਲਈ ਚਾਹੀਦੇ ਆ ਹਨਾ ਇਸ ਕਰਕੇ ਮੈਨੂੰ ਇੰਨੀ ਵੀ ਸਮਝਦਾਰੀ ਨਹੀਂ ਮਤ ਦਿੰਦਾ ਹੈਗਾ ਵੀ ਆਪਣਾ ਬਚਪਨ ਪਣਾਈ ਭੁੱਲ ਜਵੇ ਇਸ ਕਰਕੇ ਇਹਨੂੰ ਮੈਂ ਆਪਣੇ ਆਪ ਤੇ ਛੱਡਦਾ ਪਰ ਜਦੋਂ ਕੰਮ ਵਾਲੀ ਗੱਲ ਹੁੰਦੀ ਜੇ ਲੋ ਉਸ ਕੁਦਰਤ ਦੀ ਦਇਆ ਵਾ ਸਾਡੇ ਤੇ ਜਿਸ ਕੁਦਰਤ ਨੂੰ ਅਸੀਂ ਪੂਜਦੇ ਆ ਵੀ ਉਸ ਨੇ ਮੇਰੇ ਬੱਚੇ ਮੈਨੂੰ ਫਿਰ ਵੀ ਬੱਚਾ ਇੰਨਾ ਸincere ਆ ਕਿ ਮੈਂ ਜੋ ਚੀਜ਼ ਦੱਸਦਾ ਇਹਨੂੰ ਇਹ ਫਾਲੋ ਕਰੀ ਜਾਂਦਾ ਮੇਰੇ ਲਈ ਇੰਨੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ ਦੇਖੋ ਇਹ ਵਾਕਿਆ ਹੀ ਇੱਕ ਬਹੁਤ ਚੰਗੀ ਗੱਲ ਕੀਤੀ ਹੈ ਇੱਕ ਐਜ਼ ਅ ਪੇਰੈਂਟਸ ਹੋਣ ਦੇ ਨਾਤੇ ਕਿ ਜਿਹੜਾ ਬਚਪਨ ਆ ਉਹ ਸਭ ਤੋਂ ਖਾਸ ਹੁੰਦਾ ਪੂਰੀ ਉਮਰ ਦੇ ਵਿੱਚ ਬਚਪਨ ਦੀ ਆਪਾਂ ਗੱਲ ਕਰਦੇ ਪਏ ਆ ਸ਼ਰਾਰਤਾਂ ਦੇਖਿਆ ਕਰਦਾ ਪਿਆ ਪਰ ਕੰਮ ਬਹੁ ਬਾਕੂਬੀ ਕਰਦਾ ਹੈ ਇਹ ਫਿਰ ਕਹਿੰਦੀ ਹੈ ਕਿ ਧੁਰੋਂ ਹੀ ਆਇਆ ਕਿ ਕਿਵੇਂ ਹੋਇਆ ਏ ਅਸਲ ਚ ਨਾ ਜੀ ਜਿਸ ਤਰ੍ਹਾਂ ਕਹਿੰਦੇ ਨੇ ਵੀ ਬਲੱਡ ਚ ਹੁੰਦਾ ਵਾ ਹਨਾ ਇਹ ਜਿਸ ਟਾਈਮ ਮੇਰੇ ਨਾਲ ਹਨਾ ਇਹ ਹੋਣਾ ਸੀਗਾ ਨਾ ਉਸ ਟਾਈਮ ਹਾਂਜੀ ਅਸਲ ਚ ਨਾ ਮੈਂ ਮੇਰਾ ਸੁਪਨਾ ਸੀਗਾ ਕਾਰਪੈਂਟਰੀ ਦੇ ਵਿੱਚ ਵੀ ਕਈ ਵੱਲ ਰਿਕਾਰਡ ਬ੍ਰੋਕ ਕਰਨੇ ਆ ਮੈਂ ਠੀਕ ਹੈ ਨਾ ਤੇ ਉਹ ਪਰ ਮੇਰੇ ਕੁਛ ਨਾਲ ਕੁਛ ਐਸੇ ਹਾਦਸੇ ਹੋਏ ਜਿਸ ਨਾਲ ਮੈਂ ਫਾਈਨੈਂਸ਼ੀਅਲ سپورਟ ਜਿਸ ਤਰ੍ਹਾਂ ਕੀ ਫੈਮਿਲੀ سپورਟ ਤੋਂ ਮੈਂ ਵਾਂਝਾ ਹੋ ਗਿਆ ਠੀਕ ਆ ਤੇ ਉਹ ਫਿਰ ਹਾਲਾਤ ਐਸੇ ਹੋਏ ਕਿ ਮੈਨੂੰ ਨਾ ਯਕੀਨ ਮੰਨੋਗੇ ਮੈਨੂੰ 22 ਘੰਟੇ ਕੰਮ ਕਰ ਕਰਕੇ ਵੀ ਕਮਾਈ ਕਰਨੀ ਪਈ ਤੇ ਮੇਰੇ ਵਾਈਫ ਜਦ ਕੀ ਪੋਸਟ ਗ੍ਰੈਜੂਏਟ ਨੇ ਟੀਚਰ ਨੇ ਉਹਨਾਂ ਨੇ ਮੈਨੂੰ ਬੜਾ ਕੋਆਪਰੇਟ ਕੀਤਾ ਉਹ ਫ੍ਰੀ ਹੁੰਦੇ ਸੀਗੇ ਕਿਉਂਕਿ ਇਹ ਵਾਈ ਪ੍ਰੈਗਨੈਂਟ ਸੀਗੇ ਜੋ ਵੀ ਅਜੇ ਉਦੋਂ ਹੋਇਆ ਨਹੀਂ ਸੀ ਜਦੋਂ 6 ਮਨਸ ਵਿੱਚ ਸੀਗੇ ਉਹ ਮੇਰੇ ਕਹੌਂਸ ਦੇ ਲਈ ਉਹਨਾਂ ਨੇ ਮੇਰੇ ਕੋਲ ਆ ਕੇ ਬੈਠੇ ਰਹਿਣਾ ਠੀਕ ਆ ਹੁਣ ਜਿਵੇਂ ਕਹਿੰਦੇ ਨੇ ਵੀ ਉਹ ਟਾਈਮ ਦੇ ਵਿੱਚ ਲੇਡੀਜ਼ ਦੇ ਜੋ ਕੁਝ ਮੱਥੇ ਲੱਗਦੇ ਰਹਿੰਦਾ ਬੱਚਾ ਉਹੋ ਜਿਹਾ ਪੈਦਾ ਹੁੰਦਾ ਵਾ ਉਹ ਮੇਰੀ ਵਰਕਸ਼ਾਪ 'ਚ ਮੇਰੇ ਨੀਚੇ ਉੱਤੇ ਰੈਹਾਸ਼ ਹੁੰਦੀ ਜੀ ਨੀਚੇ ਵਰਕਸ਼ਾਪ ਦੀ ਉਹ ਬੈਠੇ ਰਹਣ ਉਹਨਾਂ ਨੇ ਮੇਰੀ ਹੈਲਪ ਵੀ ਕਰਨੀ ਬਹੁਤ ਜ਼ਿਆਦਾ ਹੈਲਪ ਕਰਨੀ ਤੇ ਫਿਰ ਮੇਰਾ ਇੱਕ ਸੁਪਨਾ ਵੀ ਸੀ ਜੋ ਸੁਪਨੇ ਮੇਰੇ ਟੁੱਟ ਗਏ ਨੇ ਹਨਾ ਉਹ ਮੇਰਾ ਬੇਟਾ ਪੂਰਾ ਕਰੂਗਾ ਤੇ ਮੇਰੇ ਉਹ ਅੱਜ ਤੁਸੀਂ ਤੁਹਾਡੇ ਸਾਹਮਣੇ ਦਿਨੋ ਚ ਦਿਨ ਆ ਗਿਆ ਬਾਈ ਨਹੀਂ ਬੜਾ ਬਾ ਕਮਾਲ ਇਹਦਾ ਹੁਨਰ ਵੀ ਹੈਗਾ ਤੇ ਬੱਚਾ ਬਹੁਤ ਹੀ ਬਾ ਕਮਾਲ ਆ ਪਹਿਲਾਂ ਤਾਂ ਅਸੀਂ ਇਹ ਕਵਾਂਗੇ ਤੁਸੀਂ ਬੇਟਾ ਜੀ ਤੁਸੀਂ ਆਰਾਮ ਆਰਾਮ ਕਰੋ ਖੇਡੋ ਆਪਣਾ ਠੀਕ ਹੈ ਨਾ ਆਪਾਂ ਫੇਰ ਮਿਲਦੇ ਆਂ ਚੰਨੀ ਸਾਹਿਬ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆ ਕਿ ਤੁਹਾਡੀ ਸੋਸ਼ਲ ਮੀਡੀਆ ਤੇ ਇੰਟਰਵਿਊਜ਼ ਬਹੁਤ ਦੇਖੀਆਂ ਵਾਂ ਤੁਸੀਂ ਕਈ ਕਈ ਇੰਟਰਵਿਊਜ਼ ਦੇ ਵਿੱਚ ਜ਼ਿਕਰ ਕੀਤਾ ਹੋਇਆ ਕਿ ਜਦੋਂ ਬੇਟਾ ਨਹੀਂ ਹੋਇਆ ਸੀਗਾ ਬੱਚਾ ਨਹੀਂ ਹੋਇਆ ਸੀ ਉਦੋਂ ਵੀ ਇੱਕ ਦਾਵਾ ਹੋ ਗਿਆ ਸੀ ਕਿ ਮੁੰਡਾ ਹੋਊਗਾ ਤੇ ਇਸ ਤਰ੍ਹਾਂ ਦਾ ਹੋਊਗਾ ਇਹ ਵਾਕਈ ਸੱਚ ਹੈ ਇਹ ਅਸਲ ਚੀਜ਼ ਨਾ ਜਿਸ ਤਰ੍ਹਾਂ ਅਸੀਂ ਨਾ ਲਾਸਟ ਸੇਜ ਤੇ ਸੀਗੇ ਮੈਂ ਔਰ ਮੇਰੀ ਵਾਈਫ ਅੱਛਾ ਅਸੀਂ ਜਿੱਥੇ ਜਿੱਥੇ ਨਵੇਂ ਜਿੱਥੇ ਅਗੇ ਨਵੀਂ ਰਹਿਸ਼ ਕਿੱਥੇ ਨਾ ਉੱਥੇ ਦਾ ਪਾਣੀ ਨਹੀਂ ਸ਼ਾਇਦ ਬੈਕਟੇ ਬੈਠੇ ਆ ਸਾਨੂੰ ਹੈਵਟਾਈਜ਼ ਵੀ ਹੋ ਗਿਆ ਕਾਲਾ ਪੀਲੀਆ ਤੇ ਉਹ ਇੰਨਾ ਵੱਧਾ ਵੱਧਾ ਕਿ ਅਸੀਂ ਲਾਸਟ ਟੇਸ ਤੇ ਚਲੇ ਗਏ ਤੇ ਮੇਰਾ ਸੁਪਨਾ ਸੀਗਾ ਵੀ ਦੁਨੀਆ 'ਚ ਆਏ ਆ ਹਨਾ ਕੁਝ ਕਰਕੇ ਜਾਣਾ ਵਾ ਤੇ ਮੈਨੂੰ ਬੜਾ ਆਪਦੇ ਆਪ ਤੇ غرور ਸੀਗਾ ਮਾਣ ਸੀਗਾ ਵੀ ਮੇਰੇ ਰੱਬ ਨੇ ਚਲੋ ਇੰਨੀ ਕਲਾ ਬਖਸ਼ੀਆ ਵੀ ਵਰਲਡ ਰਿਕਾਰਡ ਤੋੜਨੇ ਆ ਪਰ ਜਦੋਂ ਡਾਇਰੈਕਟਰ ਨੇ ਦੱਸਿਆ ਸਾਨੂੰ ਜਵਾਬ ਦਿੱਤਾ ਵਾਈਫ ਨੂੰ ਤੇ ਮੈਨੂੰ ਤੇ ਮੈਂ ਰੋਣ ਲੱਗ ਗਿਆ ਮਿਲਖਾ ਸਿੰਘ ਜੀ ਜਿਨ੍ਹਾਂ ਨੂੰ ਫਲਾਈਂਗ ਸਿੱਖਣਾ ਹੋ ਜਾਂਦੇ ਨੇ ਉਹਨਾਂ ਨਾਲ ਮੇਰਾ ਬੜਾ ਪਿਆਰ ਸੀ ਉਹਨਾਂ ਨੂੰ ਬੱਚਾ ਮੰਨਦੇ ਸੀਗੇ ਤੇ ਜੋਗਰਾਜ ਸਿੰਘ ਜੀ ਤੇ ਜੇ ਮੈਂ ਫੁਰਸਤ ਦੇ ਪਾਲ ਹੁੰਦੇ ਸੀਗੇ ਮੈਂ ਉਹਨਾਂ ਕੋਲ ਜਾਂਦਾ ਸੀਗਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਕੋਲ ਫਿਰ ਜੋਗਰਾਜ ਸਿੰਘ ਜਿਹੜਾ ਮੈਂ ਰੋਣ ਲੱਗ ਗਿਆ ਮੈਂ ਖਾਈ ਮੇਰੇ ਤਾਂ ਸੁਪਨੇ ਸੀ वर्ल्ड ਰਿਕਾਰਡ ਦੇ ਵੀ ਮੈਂ ਤਾਂ ਬਸ ਲਾਸਟ ਟਾਈਮ ਆ ਗਿਆ ਉਹ ਫਿਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਉਹਨਾਂ ਨੇ ਆਪਦੀ ਗੱਲ ਸੁਣਾਈ ਹੱਡ ਬੀਤੀ ਜਿਹੜੀ ਕਿ ਉਹਨਾਂ ਦੀ ਵੀ ਸੋਸ਼ਲ ਮੀਡੀਆ ਤੇ ਪਈ ਆ ਜਦੋਂ ਉਹਨਾਂ ਦਾ ਬੇਟਾ ਜੁਵਰਾਜ ਸਿੰਘ ਨਹੀਂ ਹੋਇਆ ਸੀਗਾ ਜਦੋਂ ਉਹਨੂੰ ਵਰਲਡ ਕੱਪ ਚ ਜਿੱਟਿਆ ਸੀ ਕਹਿੰਦੇ ਬੇਟਾ ਕਈ ਵਾਰੀ ਆਪਣੇ ਸੁਪਨੇ ਆਪਣੇ ਹੱਥੀਂ ਪੂਰੇ ਕਰਨੇ ਨਹੀਂ ਲਿਖੇ ਹੁੰਦੇ ਆਪਣੀ ਔਲਾਦ ਦੇ ਹੱਥੋਂ ਲੀਆਂ ਇਸ ਕਰਕੇ ਕੁਦਰਤ ਖੇਡ ਰਚਉਂਦੀ ਹੈ ਇੱਕ ਐਸਾ ਕੁਛ ਚੀਜ਼ ਨੂੰ ਕਿਸੇ ਨੂੰ ਫਰਿਸ਼ਤਾ ਬਣਾ ਕੇ ਜਾਂ ਆਪਣਾ ਖੂਨ ਬਣਾ ਕੇ ਹਨਾ ਕਿਸੇ ਤਰੀਕੇ ਨਾਲ ਉਹ ਸਮੇਂ ਨੂੰ ਫੇਰ ਮੋੜ ਕੇ ਆਪਣੇ ਮੂਹਰੇ ਖੜੇ ਕਰਦੀ ਆ ਤੇ ਉਹਨਾਂ ਜਿਹੜੇ ਚੀਜ਼ ਦੱਸੀ ਕਹਿੰਦੇ ਮੇਰੇ ਨਾਲ ਇਹ ਚੀਜ਼ ਹੋਈ ਆ ਉਹਨਾਂ ਨੂੰ ਉਹਦੀ ਪੁਰਾਣੀ ਇੰਟਰਵਿਊ ਦਿਖਾਈ ਜਦੋਂ ਉਹਨਾਂ ਨੂੰ ਵਰਲਡ ਕੱਪ 'ਚ ਕੱਢਦਾ ਸੀਗਾ ਕਹਿੰਦੇ ਮੈਂ ਬਿਨਾਂ ਕਿਸੇ ਨੂੰ ਦੋਸ਼ ਦਿੱਤੇ ਮਨੂ ਨੇ ਕਢਾਇਆ ਉਹਨੇ ਕਢਾਇਆ ਉਹ ਕਹਿੰਦੇ ਮੈਂ ਨਿਰਫਕ ਹੋ ਕੇ ਅੰਦਰ ਆਤਮਾ ਨਾਲ ਅੰਦਰ ਆਤਮਾ ਨੂੰ ਧਿਆਨ ਦੇ ਕੇ ਹਨਾ ਬਿਆਨ ਵੀ ਦਿੱਤਾ ਸੀਗਾ ਵੀ ਅਸ ਤੋਂ ਬਾਅਦ ਇੰਡੀਆ ਵਰਲਡ ਕੱਪ ਨਹੀਂ ਜਿੱਤੂਗੀ ਅਰਤਵਾ ਇੰਡੀਆ ਵਰਲਡ ਕੱਪ ਨਹੀਂ ਜਿੱਤੂ ਜਦੋਂ ਜਿੱਤੂਗੀ ਮੇਰਾ ਖੂਨ ਆਉ ਇਸ ਦੁਨੀਆ ਤੇ ਉਹ ਵਰਲਡ ਕੱਪ ਖੇਡੂਗਾ ਤੇ ਦੁਨੀਆ ਵਰਲਡ ਕੱਪ ਜਿੱਤੂਗੀ ਤੇ ਤੁਸੀਂ ਦੇਖਿਆ ਜੋ ਵੀ ਖੂਨ ਦੀਆਂ ਉਲਟੀਆਂ ਕਰ ਰਿਆ ਸੀਗਾ ਤੇ ਉਹਨਾਂ ਨੂੰ ਇੰਨਾ ਯਕੀਨ ਸੀ ਬੇਟਾ ਰੱਬ ਨੇ ਹੁਣ ਐਡਾ ਮੌਕਾ ਦੇਤਾ ਬਾਕੀ ਫਰ ਜਿਹੜਾ ਆਪਾਂ ਪੂਰਾ ਕਰਨਾ ਨਹੀਂ ਖੇਡਣਾ ਉਹ ਤੁਸੀਂ ਦੇਖ ਰਹੇ ਸੀ ਲਾਈਵ ਦਿਖਾ ਰਹੇ ਸੀ ਖੂਨ ਦੀਆਂ ਉਲਟੇ ਟੱਕਰ ਕਰ ਰਹੇ ਸੀ ਉਹਨਾਂ ਨੇ ਤੁਸੀਂ ਦੇਖੋ ਵਰਲਡ ਕੱਪ ਖੇਡਿਆ ਤੇ ਜਿੱਤਿਆ ਕਹਿੰਦਾ ਉਹੀ ਖੇਡ ਤੇਰੇ ਨਾਲ ਹੋਣੀ ਆ ਕੁਦਰਤ ਨੇ ਉਹੀ ਖੇਡ ਮੇਰਾ ਦਾਵਾ ਵਾ ਉਹਨਾਂ ਦੇ ਹੀ ਉਹਨਾਂ ਨੂੰ ਦੇਖ ਕੇ ਮੇਰਾ ਆਤਮ ਵਿਸ਼ਵਾਸ ਭਰਿਆ ਤੇ ਜਦ ਕਿ ਡਾਕਟਰਾਂ ਨੇ ਵੀ ਸਾਨੂੰ ਵਾਈਫ ਮੈਨੂੰ ਵਾਈਫ ਦੀ ਆਸ ਨਹੀਂ ਸੀ ਬੱਚੇ ਤਾਂ ਦੂਰ ਦੀ ਗੱਲ ਆ ਅਸੀਂ ਲਾਸਟ ਸਟੇਜ ਸੀਗੇ ਤੇ ਤੁਸੀਂ ਦੇਖੋ ਬੇਟਾ ਹੋਇਆ ਮੈਂ ਗੁਰੂ ਜੀ ਨੂੰ ਫੋਨ ਮਾਰਿਆ ਤੇ ਜਿਵੇਂ ਉਹ ਜਾਣੀ ਜਾਣ ਹੁਣ ਬੱਸ ਮੈਂ ਇਹਨਾਂ ਚੀਜ਼ਾਂ ਤੇ ਪੜਿਆ ਲਿਖਿਆ ਮੈਂ ਇਹਨਾਂ 'ਨ ਯਕੀਨ ਨਹੀਂ ਕਰਦਾ ਪਰ ਜੋ ਮੇਰੇ ਨਾਲ ਹੋਈ ਮੈਂ ਉਹ ਦੱਸ ਰਿਹਾ ਮੈਂ ਉਹਨਾਂ ਨੂੰ ਫੋਨ ਮਾਰਿਆ ਖੁਸ਼ਖਬਰੀ ਦੱਸਣ ਲਈ ਮੈਨੂੰ ਆਪ ਹੀ ਕਹਿੰਦੇ ਹਾਂ ਵੀ ਪਾੜ ਤੇ ਬੈਠਾ ਸ਼ੋਰਟ ਚ ਗੱਲ ਕਰ ਕਹਿੰਦੇ ਖੁਸ਼ਖਬਰੀ ਹੋ ਗਈ ਮਾਂ ਹਾਂਜੀ ਮੈਂ ਕਿਹਾ ਪਰ ਸਾਰੇ ਰੋਲਾ ਪਾ ਰਹੇ ਸੀਗੇ ਮੰਮੇ ਤੇ ਨਾਮ ਨਿਕਲੇ ਆਏ ਤੇ ਨਿਕਲੇ ਆਵਾ ਹੈ ਕਹਿੰਦੇ ਕਾਕਾ ਤੇਰੀ ਮਰਜ਼ੀ ਆ ਬਾਬੇ ਨੇ ਤਾਂ ਹੁਣ ਦੇਤਾ ਤੇ ਮੈਂ ਕਹਾ ਹੁਣ ਸੋਡਾ ਕੀ ਹੁਕਮ ਆ ਕਹਿੰਦੇ ਮੇਰਾ ਨਹੀਂ ਮੇਰੇ ਤਾਂ ਉਧਰੋਂ ਹੁਕਮ ਹੋਇਆ ਸੀਗਾ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਹੋਇਆ ਸੀ ਤੇਰੇ ਕੋਲ ਵੀ ਹੋਇਆ ਵਾ ਮੈਂ ਤਾਂ ਜੁਬਰਾਜ ਰੱਖਿਆ ਸੀਗਾ ਮੈਂ ਕਹਾ ਫਿਰ ਬਾਬਾ ਜੀ ਹੁਣ ਮੈਨੂੰ ਵੀ ਹੁਕਮ ਹੈ ਕਹਿੰਦੇ ਬਿਲਕੁਲ ਬਾਬਾ ਦੀਪ ਸਿੰਘ ਦਾ ਤਾਂ ਹੁਕਮ ਇਹੀ ਸੀਗਾ ਤੇ ਮੈਂ ਜੀ ਜੋਬਰਾਜ ਰੱਖਿਆ ਜਦ ਕਿ ਬੜਾ ਘਰ ਚ ਕਲੇਸ਼ ਪਿਆ ਉਹ ਕਹਿੰਦੇ ਜੀ ਮੰਮੇ ਤੇ ਨਾਮ ਨਿਕਲਿਆ ਸੀ ਇਦਾਂ ਨਿਕਲਿਆ ਸੀਗਾ ਮੈਂ ਕਹਾ ਨਹੀਂ ਹੁਣ ਇਹ ਤਾਂ ਇਦਾਂ ਹੀ ਚੱਲੂਗਾ ਪਰ ਯਕੀਨ ਮੰਨੋਗੇ ਉਸ ਆ ਇਹ اڈੰਬਰ ਦੀਆਂ ਸਮਝ ਲਓ ਬਹਿਮਾ ਦੀਆਂ ਡੋਰਾ ਨੂੰ ਤੋੜਦਾ ਹੋਇਆ ਮੇਰੇ ਬੇਟਾ ਜਦੋਂ ਹੋਇਆ ਮੈਨੂੰ ਕੋਈ ਦੁੱਖ ਨਹੀਂ ਉਲਟਾ ਮੇਰਾ ਹੌਸਲਾ ਬਣ ਕੇ ਚੱਲਿਆ ਮੇ ਨਾਲ ਮੈਨੂੰ ਕਿੱਥੋਂ ਤੋਂ ਕਿੱਥੋਂ ਡੁੱਬਦੀ ਮੇਰੀ ਕਿਸ਼ਤੀ ਨੂੰ ਕਿਨਾਰੇ ਤੇ ਲਿਆਇਆ ਅੱਜ ਤੁਹਾਡੇ ਸਾਹਮਣੇ ਆ ਜੀ। ਕੀ ਬਾਤ ਹੈ ਇਹ ਦੇਖੋ ਆਪਣੇ ਆਪ ਦੇ ਵਿੱਚ ਹੀ ਕਹਿੰਦੇ ਨੇ ਕਿ ਜਦੋਂ ਯਕੀਨ ਪੱਕੇ ਹੋਣ ਨਾ ਫੇਰ ਕਿੱਤੋਂ ਵੀ ਕਹਿੰਦੇ ਦਰਿਆਵਾਂ ਦੇ ਨੱਕੇ ਵੀ ਮੋੜੇ ਜਾਂਦੇ ਨੇ ਪਰ ਸਭ ਦੇ ਵਿੱਚ ਅਸੀਂ ਦੇਖਿਆ ਕਿ ਬੱਚੇ ਦੀ ਜਿਹੜੀ ਹੱਥ ਦੀ ਕਲਾਕਾਰੀ ਹੈ ਉਹ ਇਸ ਇੰਨੇ ਬਚਪਨ ਦੇ ਵਿੱਚ ਨਹੀਂ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਫਿਰ ਤੁਸੀਂ ਸਿਖਾਉਂਦੇ ਹੋ ਡੇਲੀ ਕਿਵੇਂ ਕਰਦੇ ਹੋ ਨਹੀਂ ਸਰ ਇਹ ਤਾਂ ਐਕਚੁਅਲ ਨਾਲ ਗੱਲ ਇਦਾਂ ਵਾ ਮੈਨੂੰ ਆਪਦੇ ਆਪ ਤੇ ਛੱਡਿਆ ਹੋਇਆ ਮੈਂ ਆਪ ਦਾ ਪ੍ਰੈਕਟੀਕਲਿਜ਼ਮ ਦੱਸਾਂ ਮੈਂ ਮੇਰਾ ਕੋਈ ਉਸਤਾਦ ਨਹੀਂ ਹੈਗਾ ਅੱਛਾ ਆਪਾਂ ਜਿਵੇਂ ਗੱਲ ਕਰਦੇ ਪਏ ਆ ਕਿ ਬੱਚੇ ਦੇ ਵਿੱਚ ਹੁਨਰ ਜਿਹੜਾ ਵਾ ਇਹ ਤੁਸੀਂ ਵੀ ਡੇਲੀ ਬੇਸ ਤੇ ਸਿਖਾਉਂਦੇ ਹੋ ਕਿ ਕਿਵੇਂ ਇੰਨਾ ਹੁਨਰ ਭਰਿਆ ਹੋਇਆ ਬੜੀ ਸਫਾਈ ਦੇਖੀ ਹੈ ਅਸੀਂ ਹਾਂਜੀ ਨਾ ਜਿਸ ਤਰ੍ਹਾਂ ਹਜੇ ਤਾਂ ਫਿਲਹਾਲ ਇਹਨੂੰ ਮੈਂ ਕੁਝ ਨਹੀਂ ਸਿਖਾਇਆ ਹੈਗਾ ਹਲੇ ਤਾਂ ਇਹ ਸਮਝ ਲਓ ਇਹਦਾ ਪਹਿਲਾ ਸਬਕ ਆ ਪਰਿਵਾਰ ਵਾਲਾ ਸਬਕ ਸ਼ੁਰੂਸ਼ ਹੋ ਰਿਹਾ ਵਾ ਇਹ ਮੈਨੂੰ ਦੇਖ ਦੇਖ ਕੇ ਕੀ ਕਰ ਰਿਹਾ ਵਾ ਠੀਕ ਆ ਨਾ ਤੇ ਕਈ ਵਾਰੀ ਐਸੇ ਥੋੜੇ ਖਤਰਨਾਕ ਕੰਮ ਹੁੰਦੇ ਨੇ ਜਿਵੇਂ ਨਾ ਵੱਡੇ ਕਟਰ-ਕਟਰ ਚਲਾਉਣੇ ਮੈਂ ਜਾਣ ਕੇ ਤੇ ਹੁੰਦੇ ਕਰਦੇ ਨਹੀਂ ਜੋ ਸਕੂਲ ਜਾਂਦੋਂ ਉਹ ਕਰਦਾ ਫਿਰ ਇਹ ਕੀ ਕਰਦਾ ਵਾ ਮੇਰੇ ਘਰ ਦਾ ਇਹਨਾਂ ਜਿਹੜਾ ਕੈਮਰੇ ਆ ਵੀਡੀਓ ਉਹ ਖੋਲ ਲੈਂਦਾ ਫੋਨ ਤੇ ਉਹ ਖੋਲ ਕੇ ਦੇਦਾ ਪਾਪਾ ਨੇ ਕਿਵੇਂ ਕੀਤਾ ਸੀਗਾ ਤੇ ਇਸ ਕਰਕੇ ਮੈਂ ਅਵੋਇਡ ਕਰਦਾ ਥੋੜਾ ਜਿਆ ਤੇ ਦੂਸਰੀ ਰਹੀ ਗੱਲ ਨਾ ਮੇਰੇ ਇੱਕ ਤਜਰਬਾ ਜ਼ਿੰਦਗੀ ਦਾ ਜਿਸ ਤਰ੍ਹਾਂ ਨਾ ਮੇਰਾ ਕੋਈ ਉਸਤਾਦ ਨਹੀਂ ਹੈ ਕੰਮ ਦੇ ਵਿੱਚ ਠੀਕ ਹੈ ਨਾ ਜੀ ਤੇ ਮੈਨੂੰ ਜੋ ਜਿਵੇਂ ਵੀ ਜਨ ਕਿ ਮੈਨੂੰ ਨਹੀਂ ਸਿਖਾਇਆ ਗਿਆ ਜਾਂ ਮੈਂ ਨਹੀਂ ਸਿੱਖਿਆ ਹੈਗਾ ਫਿਰ ਮੈਨੂੰ ਇੱਕ ਚੀਜ਼ ਦਾ ਤਜਰਬਾ ਹੋਇਆ ਜਿਹੜਾ ਸਿਖਾਉਣ ਵਾਲਾ ਹੁੰਦਾ ਉਹ ਸਿਰਫ ਆਪਦੇ ਤਰੀਕੇ ਨਾਲ ਸਿਖਾਉਂਦਾ ਇੱਕ ਤਰੀਕੇ ਨਾਲ ਜਿਹੜਾ ਸਿੱਖਣ ਵਾਲਾ ਹੁੰਦਾ ਜਿਹਦੇ ਅੰਦਰ ਜਨੂਨ ਹੋਵੇ ਉਹ 101 ਤਰੀਕੇ ਨਵੇਂ ਕੱਢ ਲੈਂਦਾ ਮੈਂ ਸੋਚਦਾ ਸੀ ਵੀ ਇਹ ਆਪਦੇ ਨਵੇਂ ਤਰੀਕੇ ਕੱਢੇ ਠੀਕ ਹੈ ਜੀ ਜਿੱਦਨ ਮੈਂ ਇਹਦੇ ਵੱਲੀ ਹੋ ਗਿਆ ਨਾ ਮੈਂ ਇੱਕ ਗਾਰੰ ਇੱਕ ਪਾਸੇ ਆਈਟੀਆ ਜਿੱਥੇ ਸਿਖਾਈ ਜਾਂਦੀ ਆ ਇੱਕ ਪਾਸੇ ਆਈਟੀਆ ਦਾ ਇਨਸਟ੍ਰਕਟਰ ਮੈਂ ਇਸ ਗੱਲ ਨੂੰ ਸਮਝ ਰਿਹਾ ਮੈਂ ਬਹੁਤ ਵੱਡੀ ਗੱਲ ਕਰ ਰਿਹਾ ਇੱਕ ਪਾਸੇ ਆਈਟੀ ਨੇ ਇਨਸਟ੍ਰਕਟਰ ਦੀ ਪੜ੍ਹਾਈ ਕਰਾਇਆ ਹੋਇਆ ਸਟੂਡੈਂਟ ਇੱਕ ਪਾਸੇ ਇਹ ਸਿਰਫ ਇੱਕ ਮਹੀਨਾ ਜਿਵੇਂ ਤੇ ਲਾਤਾ ਠੀਕ ਆ ਕਿਉਂਕਿ ਮੇਰਾ ਬੇਟਾ ਬਹੁਤ ਗੱਲਾਂ ਮੇਰੇ ਬਿਨਾਂ ਦੱਸੀ ਕੈਚ ਕਰ ਚੁੱਕਿਆ ਵਾ ਤੇ ਮੈਂ ਨੌਲੇਜ ਇਸ ਚੀਜ਼ ਦੀ ਰੱਖਦਾ ਵਾਂ ਕਿਉਂਕਿ ਮੈਂ ਪ੍ਰੈਕਟੀਕਲ ਕੀਤੇ ਹੋਏ ਨੇ ਮੈਂ ਇਨਸਟ੍ਰਕਟਰ ਰਿਹਾ ਵੀ ਹਾਂ ਤੇ ਪਰ ਕੁਝ ਦੁਨੀਆ ਦੀਆਂ ਕੁਝ ਸਰਕਾਰੀ ਦੀਆਂ ਕਿਉਂਕਿ ਸਾਡੇ ਇੱਥੇ ਨਾ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਕਲਾਕਾਰ ਦਾ ਜੰਮਣਾ ਸਮਝ ਲਓ ਜੁਰਮ ਸਾਡੇ ਇੱਥੇ ਕੋਈ ਕਦਰ ਨਹੀਂ ਪੈਂਦੀ ਸਰਕਾਰਾਂ ਦੀ ਠੀਕ ਆ ਤੇ ਮੈਨੂੰ ਕਿੰਨੀ ਵਾਰੀ ਜੌਬ ਵੀ ਵੈਸੇ ਐਸੀ ਗੱਲ ਨਹੀਂ ਓਵਰ ਹੋਈ ਆ ਮੈਂ ਇਹ ਨਹੀਂ ਕਹੂੰਗਾ ਸਾਡੇ ਐਮਐਲਏ ਮੰਤਰੀ ਸਿੱਖਿਆ ਮੰਤਰੀ ਇਹ ਮਾੜੇ ਨਹੀਂ ਹੁੰਦੇ ਹੈਗੇ ਕਈ ਮੂਰੇ ਚੰਗੇ ਹੁੰਦੇ ਆ ਜਿਹੜੇ ਕਈਆਂ ਦਾ ਸਵਾਰ ਦਿੰਦੇ ਆ ਕਈ ਕੁਛ ਮਾੜੇ ਵੀ ਹੁੰਦੇ ਆ ਜਿਹੜੇ ਬਸ ਕੰਨ ਭਰਨ ਵਾਲੇ ਹੁੰਦੇ ਜੀ ਇਹਨੂੰ ਇਹਦਾ ਆ ਕੰਮ ਕਰਨ ਤੇ ਆਪਾਂ ਨੂੰ ਕੀ ਫਾਇਦਾ ਹੋਣਾ ਵਾ ਠੀਕ ਹੈ ਨਾ ਇਸ ਕਰਕੇ ਮਿਨਿਸਟਰ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ ਉਹ ਵੀ ਕਿਸੇ ਵਾਰ ਚੰਗਾ ਸੁਣੇ ਜਾਂ ਚੰਗਾ ਵਿਚਾਰੇ ਇਹ ਕਹੋ ਇਸ ਕਰਕੇ ਸੁਣੀ ਸੁਣਾਈ ਗੱਲ ਕਰਕੇ ਸੈਟ ਲੈਣੀ ਪੈਂਦੀ ਆ ਮਾੜਾ ਮਨਿਸਟਰ ਪੈ ਜਾਂਦਾ ਵਾ ਤੇ ਇਹ ਮੈਨਾਂ ਕਿਉਂਕਿ ਕਈ ਵਾਰੀ ਹੋ ਚੁੱਕਿਆ ਮੈਨੂੰ ਚਾਰ ਵਾਰੀ ਜੌਬ ਆਫਰ ਹੋਈ ਆ ਤੇ ਨੀਚਲੇ ਵਾਲੇ ਬੰਦਿਆਂ ਨੇ ਸੈਟਿੰਗਾਂ ਕਰਕੇ ਮੇਰੀ ਜੌਬ ਦੇ ਡਾਕਾ ਮਾਰਿਆ ਠੀਕ ਹੈ ਅ ਅਸੀਂ ਤੁਹਾਡੀ ਗੱਲਬਾਤ ਚੱਲਦੀ ਪਈ ਆ ਅਸੀਂ ਜਦੋਂ ਪਹਿਲਾਂ ਯੂਵੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਕਾਰਪੈਂਟਰੀ ਦੇ ਨਾਲ ਡਾਇਲੌਗ ਬੜੇ ਸੋਹਣੇ ਮਾਰੇ ਆ ਇਹ ਫਿਰ ਹੁਨਰ ਅਸੀਂ ਕੋਈ ਹੋਰ ਵੀ ਡਾਇਲੌਗ ਪੁੱਛ ਸਕਦੇ ਆ हां जी हां जी ਉਹ ਤਾਂ ਉਹ ਡਾਇਲੋਗ ਉਹ ਐਕਟਿੰਗ ਵਿੱਚ ਵੀ ਬਹੁਤ ਵਧੀਆ ਪਰਫੈਕਟ ਆ ਇਹ ਇਹਦੇ ਤਾਂ ਆਫਰ ਵੀ ਮਿਲੀ ਸੀ ਮੇਰੇ ਕੁਝ ਖਾਸ ਮਿੱਤਰ ਹੈਗੇ ਨੇ ਉਹਨਾਂ ਨੇ ਜਦ ਡਾਇਲੋਗ ਸੁਣੇ ਉਹ ਕਹਿੰਦੇ ਬੇਟਾ ਇਹ ਸਾਨੂੰ ਸੌਂਪ ਦੋ ਠੀਕ ਹੈ ਨਾ ਅਸੀਂ ਇਹਨੂੰ ਬਣਾਉਣਾ ਸਿਰਫ ਮੈਂ ਇੱਕ ਨਾ ਬਚਪਨ ਵੀ ਇਹਦਾ ਬਚਪਨ ਨਾ ਗੁੰਮ ਜਵੇ ਹਨਾ ਕਿਉਂਕਿ ਉਹ ਬੱਚੇ ਨੂੰ 30 ਸਾਲ ਜਿੰਨਾ ਸੰਸੀਰ ਬਣਾ ਜਾਂਦੇ ਨੇ ਠੀਕ ਹੈ ਨਾ ਪਰ ਇਹ ਵੀ ਇਹਦਾ ਪਲ ਜੀਣ ਵਾਲਾ ਹਨਾ ਇਸ ਕਰਕੇ ਮੈਂ ਨਹੀਂ ਹਜੇ ਇਹਨੂੰ ਆਪਦਾ ਬਚਪਨ ਜੀਣ ਦੋ ਉਦੋਂ ਬਾਅਦ ਫਿਰ ਫਲਾਲ ਅਸੀਂ ਦੇਖਦੇ ਹਾਂ ਜਿਵੇਂ ਗੱਲਬਾਤ ਚੱਲਦੀ ਪਈ ਐ ਇਸ ਗੱਲਬਾਤ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਪੇਰੈਂਟਸ ਦੀ ਗੱਲ ਕਰਦੇ ਆ ਪੇਰੈਂਟਸ ਦਾ ਤੁਸੀਂ ਬਹੁਤ ਵੱਡਮੂਲਾ ਯੋਗਦਾਨ ਪਾਉਣੇ ਪਏ ਹੋ ਪਰ ਕਈ ਵਾਰ ਸਮਾਜ ਦੇ ਵਿੱਚ ਅਸੀਂ ਕਈ ਅਜਿਹੀ ਉਦਾਹਰਨਾਂ ਵੀ ਦੇਖ ਲੈਂਦੇ ਆ ਕਿ ਪੇਰੈਂਟਸ ਜਿਸ ਵੇਲੇ ਬੱਚਾ ਛੋਟਾ ਹੁੰਦਾ ਏ ਧਿਆਨ ਕਿਤੇ ਹੋਰ ਹਾਂਜੀ ਜਿਸ ਤਰ੍ਹਾਂ ਅੱਜ ਦੇ ਦਿਨ ਆਪਾਂ ਦੇਖਿਆ ਵਾ ਆਪਾਂ ਨਾ ਕਈ ਵਾਰੀ ਬੱਚਿਆਂ ਨੂੰ ਛੱਡ ਕੇ ਹਨਾ ਜੀ ਮੈਂ ਹਫ਼ਤੇ ਦੀ ਉਹ ਫਲਾਨੀ ਜਗ੍ਹਾ ਸੇਵਾ ਤੇ ਜਾਣਾ ਉਹ ਫਲਾਨੀ ਜਗ੍ਹਾ ਜਾਣਾ ਵਾ ਅਸਲ ਤਾਂ ਰੱਬ ਰੂਪ ਸਾਡੇ ਇਹਨਾਂ ਜਿੱਥੇ ਪਹਿਲਾਂ ਵੀ ਦੱਸ ਕੇ ਗਟਿਆ ਵਾ ਸਾਡੇ ਜਿਨ੍ਹਾਂ ਨੂੰ ਅਸੀਂ ਮੰਨਦੇ ਪਏ ਆ ਉਹਨਾਂ ਨੇ ਗ੍ਰਸਤੀ ਜੀਵਨ ਕਿਉਂ ਜੀ ਆ ਭਲਾ ਠੀਕ ਹੈ ਨਾ ਸੰਤ ਆ ਰੱਬ ਸਭ ਤੋਂ ਪਹਿਲਾਂ ਪਰਿਵਾਰ ਦੇ ਰੂਪ ਦੇ ਵਿੱਚ ਮਿਲਦਾ ਵਾ ਠੀਕ ਹੈ ਨਾ ਜੀ ਤੇ ਹੁਣ ਜਦੋਂ ਸਾਡੇ ਬੱਚੇ ਤਾਂ ਦੀਵਾਲੀ ਨੂੰ ਮਠਿਆਈ ਨੂੰ ਘਰੇ ਡੀਕਦੇ ਪੈਨੇ ਅਸੀਂ ਕਹਿੰਦੇ ਉਹ ਫਲਾਨੇ ਬਾਬੇ ਦੇ ਡੱਬਾ ਚੜਾ ਕੇ ਆਉਣਾ ਫਲਾਨੇ ਦੇ ਚੜਾ ਕੇ ਆਉਣਾ ਹਨਾ ਸਾਡੇ ਬੱਚੇ ਦੇਖਦੇ ਪੈਨੇ ਇਸ ਦਿਲ ਦੇ ਅੰਦਰ ਨਾ ਆਤਮਾ ਦੇ ਵਿੱਚ ਰੱਬ ਉਹ ਫਿਰ ਤੁਸੀਂ ਸੋਚੋ ਵੀ ਉਹ ਰੱਬ ਕੀ ਕਹਿੰਦਾ ਹੋਊਗਾ ਉਹ ਸਾਨੂੰ ਕੀ ਸਾਡੇ ਲਈ ਸਾਨੂੰ ਬੱਦਸੀਸ ਦਿੰਦਾ ਹੋਊ ਜਾਂ ਸੀਸ ਦਿੰਦਾ ਹੋਊਗਾ ਠੀਕ ਹੈ ਨਾ ਮੈਨੇ ਮੇਰੀ ਜੋ ਕਲਾ ਲੋਕਾਂ ਸਾਹਮਣੇ ਆਈ ਆ ਪੀ ਐਚ ਡੀ ਚਿਹਰਾ ਆਇਆ ਵਾ ਉਹ 30 ਸਾਲ ਬਾਅਦ ਕਿਉਂ ਆਇਆ ਵਾ ਇਹ ਅਸਲ ਨਾ 20 ਸਾਲ ਪਹਿਲਾਂ ਜਣਾ ਸੀਗਾ ਕਿਉਂਕਿ ਮੇਰੇ ਮੈਨੂੰ ਉਹ ਸਹਾਰਾ ਨਹੀਂ ਮਿਲਿਆ ਹੈਗਾ ਪਰ ਹੁਣ ਇਸ ਬੇਟੇ ਨਾਲ ਮੇਰੀ ਮੈਂ ਮੇਰਾ ਇਸ ਤੇ ਹੱਥ ਆ ਮੈਂ ਚਲੋ ਰੱਬ ਨੇ ਮਨੇ ਇਸ ਲੋਇਕ ਬਣਾਇਆ ਵਾ ਤੇ ਜਿਸ ਮੈਂ ਕੁਦਰਤ ਨੂੰ ਪੂਜਦਾ ਮਾਂ ਤੇ ਤੁਸੀਂ ਦੇਖਿਓ ਮੈਨੂੰ ਵੀ ਬਥੇਰੀਆਂ ਔਕੜਾਂ ਵੀ ਆਈਆਂ ਕੁਝ ਔਕੜਾਂ ਪੈਦਾ ਵੀ ਕੀਤੀਆਂ ਜਿਸ ਤੋਂ ਤੁਹਾਨੂੰ ਦੱਸਿਆ ਬਈ ਅਜੇ ਮਾੜੇ ਕਮਲੇ ਬਹੁਤ ਸਪੋਰਟਡ ਬਣ ਜਾਂਦੇ ਆ ਚੰਗੇ ਕਮਲੇ ਦੇ ਲੱਤਾਂ ਵੀ ਖਿੱਚੀਆਂ ਜਾਂਦੀਆਂ ਨੇ ਪਰ ਮੈਂ ਦੇਖੋ ਭੀੜਾਂ ਚੋਂ ਨਿਕਲ-ਨਿਕਲ ਕੇ ਅੱਗੇ ਆ ਗਿਆ ਮੈਂ ਚੰਨੀ ਨੇਤਾ ਆਪ ਦਾ ਠੀਕ ਆ ਮੰਨੂ ਬਹੁਤ ਔਕਣਾ ਮੇਰੇ ਰਾਸਤੇ 'ਚ ਰੂੜੇ ਲਾਏ ਗਏ ਵੀ ਮੈਂ ਕੰਮ ਜ ਬਣਾਵਾ ਪਰ ਮੈਂ ਤਾਂ ਇਹਦਾ ਅਪਡੇਟ ਵਰਜਨ ਲਾਂਚ ਕਰਤਾ ਹੁਣ ਤੁਸੀਂ ਦੇਖਿਓ ਇਹ ਦੁਨੀਆ ਵਿੱਚ ਤੱਕ ਪਾਉਂਦਾ ਤੁਹਾਡੇ ਸਾਹਮਣੇ ਹਜੇ ਇਹ ਦਰਖਤ ਤਾਂ ਕੀ ਬਣਨਾ ਫਲ ਫੁੱਲ ਹਜੇ ਬੂਟਾ ਵੀ ਨਹੀਂ ਬਣਿਆ ਹਜੇ ਬੀਜ ਪੁੱਗ ਰਿਹਾ ਹਜੇ ਤਾਂ ਇਹ ਹਜੇ ਤਾਂ ਮੇਰਾ ਇਹਦਾ ਪਹਿਲਾ ਚੈਪਟਰ ਨਹੀਂ ਸ਼ੁਰੂ ਹੋਇਆ ਹੈਗਾ ਤੇ ਤੁਸੀਂ ਦੇਖਿਓ ਮੈਂ ਆਪਦੇ ਜਿਹੜੇ ਮੇਰੇ ਸੁਪਨੇ ਰਹਿ ਗਏ ਸੀ ਨਾ ਮੇਰੇ ਪਿੰਡ ਸਰਕੇ ਹੁਣ ਇਹਦੇ ਪੇਰੈਂਟਸ ਮੌਜੂਦ ਆ ਜਿੰਨੀ ਜਾਗ ਦੀ ਮਿਸਾਲ ਮੈਂ ਬਣ ਕੇ ਦਿਖਾਉਂਗਾ ਦੱਸੂਗਾ ਕਿ ਬੱਚੇ ਦਾ ਪਹਿਲਾ ਚੈਪਟਰ ਕਿੱਥੋਂ ਸ਼ੁਰੂ ਹੁੰਦਾ ਭਗਵਾਨ ਤੋਂ ਸ਼ੁਰੂ ਹੁੰਦਾ ਜਾਂ ਪਿਰਣ ਤੋਂ ਸ਼ੁਰੂ ਹੁੰਦਾ ਬਈ ਜੀ ਯੂ ਵੀ ਐਂਟੀਟੇ ਫੜੀ ਹੋਈ ਹੈ ਪਤਾ ਵੀ ਹੈ ਬਾਬੇ ਤੂੰ ਬੇਚੀ ਲੱਗਦਾ ਆ ਮਮ ਤੇ ਨਾਲ ਆ ਮਮ ਸੇ ਆ ਪਤਾ ਵਾ ਫੱਟੀਆਂ ਜਿਹੜੀਆਂ ਫੱਟੀਆਂ ਹੋਈਆਂ ਕੀ ਕੀ ਨੇ ਇਹ ਮਮ ਆ ਕਿੰਨੇ ਐ ਮਮਾ ਸੇ ਸੇ ਮਮ ਅੱਛਾ ਤੇ ਆਹ ਦੋਨੋਂ ਇਹ ਨਾਨਾ ਇਹ ਨਾਨਾ ਨਾਨਾ ਸੋ ਜਨਾਬ ਕਹਿੰਦੇ ਨੇ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਪਰ ਜਦੋਂ ਅਜੇਹਾ ਰੂਪ ਦੇਖ ਲਿਆ ਜਾਵੇ ਤਾਂ ਆਪਣੇ ਆਪ ਹੀ ਮਾਪੇ ਤੇ ਨਾਲ ਦੀ ਨਾਲ ਮੁਹੱਲਾ ਸ਼ਹਿਰ ਨਿਵਾਸੀ ਖੁਸ਼ੀ ਦੇ ਵਿੱਚ ਆਪੇ ਹੀ ਫੁੱਲੇ ਸਮਾਉਣਗੇ ਤੇ ਜੇਕਰ ਤੁਹਾਨੂੰ ਇਹ ਇੰਟਰਵਿਊ ਚੰਗੀ ਲੱਗੀ ਤਾਂ ਜ਼ਰੂਰ ਇੱਕ ਵਾਰ ਲਾਈਕ ਜਾਂ ਕਮੈਂਟ ਕਰਕੇ ਸਾਡਾ ਵੀ ਹੌਸਲਾ ਵਧਾਉਣ ਦੀ ਕੋਸ਼ਿਸ਼ ਕਰਨਾ